ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਦਪਿੰਗਿਆਪ ਟੀਵੀ ਤਮੇਂ ਯਾ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਨੀਸ਼ ਸੌਦੀਆ ਦੀ ਜਿਨ੍ਹਾਂ ਦੀ 52 ਕਰੋੜ ਦੀ ਜਾਇਦਾਦ ਜ਼ਬਤ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਰੇਲਵੇ ਦਾ ਕਿਰਾਇਆ 25% ਤੱਕ ਘਟਾਇਆ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਲੋਕਾਂ ਤੋਂ ਸੁਝਾਅ ਮੰਗੇ ਗਏ ਨੇ ਇੱਕ WhatsApp ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਤਿੰਨ ਓਵਰਡੋਜ਼ ਦੇ ਨਾਲ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਗਈਆਂ ਨੇ ਪੰਜਾਬ ਪੁਲਿਸ ਦਾ ਮੁਲਾਜ਼ਮ ਚਿੱਟਾ ਪੀ ਰਿਹਾ ਹੈ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਦਿਖਾਈ ਦਿੰਦੀ ਹੈ ਐਸਜੀਪੀਸੀ ਦੀ ਬੈਠਕ ਦੇ ਵਿੱਚ ਕੁਝ ਵੱਡੇ ਫੈਸਲੇ ਲਏ ਗਏ ਨੇ 9 ਅਤੇ 10 ਜੁਲਾਈ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਮਨੀਰ ਸਿਸੌਦੀਆ ਤੋਂ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੂੰ ਲੈ ਕੇ ਵੱਖ-ਵੱਖ মিডিਆ ਅਦਾਰਿਆਂ ਦੇ ਵੱਲੋਂ ਖਬਰਾਂ ਨਸ਼ਰ ਕੀਤੀਆਂ ਗਈਆਂ ਕਿ ਈਡੀ ਨੇ ਅਦਾਲਤ ਦੇ ਵਿੱਚ ਇਹ ਗੱਲ ਆਖੀ ਕਿ ਮਨੀਸ਼ ਸਿਸੌਦੀਆ ਅਤੇ ਉਨ੍ਹਾਂ ਦੇ ਸਾਥੀਆਂ ਦੀ 52 ਕਰੋੜ 24 ਲੱਖ ਦੀ ਜਾਇਦਾਦ ਅਸੀਂ ਜ਼ਬਤ ਕਰ ਲਈ ਹੈ ਜਿਸ ਦਾ ਸਿੱਧਾ-ਸਿੱਧਾ ਸਬੰਧ ਦਿੱਲੀ ਦੇ ਸ਼ਰਾਬ ਘੁਟਾਲੇ ਦੇ ਨਾਲ ਦੱਸਿਆ ਜਾ ਰਿਹਾ ਹੈ ਇਹਨਾਂ মিডিਆ ਰਿਪੋਰਟਾਂ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਗੀਆਂ ਮੁਸ਼ਕਲਾਂ ਵਧੀਆਂ ਦਿਖਾਈ ਦਿੰਦੀਆਂ ਨੇ ਦਿੱਲੀ ਦੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ED ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ED ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸिसोदिया ਦੀ ਜਾਇਦਾਦ ਜ਼ਬਤ ਕਰ ਲਈ ਹੈ ਇਸ ਕਾਰਵਾਈ ਦੇ ਤਹਿਤ ED ਨੇ ਮਨੀਸ਼ ਸिसोदिया ਸਮੇਤ ਉਹਨਾਂ ਦੀ ਪਤਨੀ ਸੀਮਾ ਸਮੇਤ ਅਮਨਦੀਪ ਢੱਲ ਰਜੇਸ਼ ਜੋਸ਼ੀ ਗੋਤਮ ਮਲਹੋਤਰਾ ਅਤੇ ਕੁਝ ਹੋਰਾਂ ਦੀ ਕਰੀਬ 52 ਕਰੋੜ 24 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਅਜਿਹੀਆਂ ਖਬਰਾਂ ਹੁਣ ਸ ਮੜੇ ਆ ਰਹੀਆਂ ਨੇ ਇਸ ਦੇ ਵਿੱਚ ਇਹਨਾਂ ਜਾਇਦਾਦਾਂ ਦੇ ਵਿੱਚ ਚੱਲ ਅਤੇ ਅਚਲ ਜਾਇਦਾਦਾਂ ਸ਼ਾਮਲ ਨੇ ਮਨੀਰ ਸਿਸੋਧੀਆਂ ਦੀਆਂ ਉਹਨਾਂ ਦੀ ਪਤਨੀ ਦੀਆਂ ਅਸੀਮਾ ਸਿਸੋਧੀਆਂ ਜਿਨ੍ਹਾਂ ਦਾ ਨਾਮ ਹੈ ਅਤੇ ਦੋ ਜਾਇਦਾਦਾਂ ਦੇ ਨਾਲ-ਨਾਲ ਰਜੇਸ਼ ਜੋਸ਼ੀ ਤੇ ਗੌਤਮਲ ਮਲਹੋਤਰਾ ਦੀਆਂ 7 ਕਰੋੜ 29 ਲੱਖ ਰੁਪਏ ਦੀ ਜ਼ਮੀਨ ਅਤੇ ਫਲੈਟ ਵੀ ਸ਼ਾਮਲ ਹਨ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇਸ ਦੀ ਪ੍ਰਤੀਕਿਰਿਆ ਦੇ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਨੇ ਆਖਿਆ ਕਿ ਮੋਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਦਬਾਉਣਾ ਚਾਹੁੰਦੀ ਹੈ ਇਸ ਕਰਕੇ ਈਡੀ ਦਾ ਇਸਤੇਮਾਲ ਆਲ ਮੋਦੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਜੋ ਜਾਇਦਾਦ ਜਬਤ ਕਰਨੀਆਂ ਗੱਲਾਂ ਨੇ ਇਹ ਵੀ ਸਿਰਫ ਝੂਠ ਫਲਾਇਆ ਜਾ ਰਿਹਾ ਹੈ ਕਿ 52 ਕਰੋੜ 52 ਕਰੋੜ ਜਦਕਿ ਅਜਿਹਾ ਕੁਝ ਵੀ ਨਹੀਂ ਹੈ ਸੰਜੀਤ ਸਿੰਘ ਤਾਂ ਆਖਦੇ ਨੇ ਕਿ ਸਿਰਫ ਮਨੀਸ਼ ਸੌਦੀਆ ਦੇ ਦੋ ਫਲੈਟ ਹੀ ਜਬਤ ਕੀਤੇ ਗਏ ਨੇ ਇੱਕ ਹੈ 5 ਲੱਖ ਦਾ ਅਤੇ ਇੱਕ ਹੈ 65 ਲੱਖ ਦਾ ਅਤੇ ਉਹ ਵੀ ਕਾਫੀ ਪੁਰਾਣੇ ਨੇ ਜਦਕਿ ਦਿੱਲੀ ਸ਼ਰਾਬ ਨੀਤੀ ਦੀ ਉਸ ਵੇਲੇ ਕੋਈ ਗੱਲਬਾਤ ਵੀ ਨਹੀਂ ਚੱਲਦੀ ਸੀ ਇਸ ਕਰਕੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਤੰਗ ਪਰੇਸ਼ਾਨ ਕਰਨਾ ਅਤੇ ਬਦਨਾਮ ਕਰਨ ਲਈ ਈਡੀ ਦੇ ਵੱਲੋਂ ਅਜਹੀਆਂ ਖਬਰਾਂ ਕੇਂਦਰ ਸਰਕਾਰ ਦੇ ਕਹਿਣ ਤੇ ਉਡਾਈਆਂ ਜਾ ਰਹੀਆਂ ਨੇ ਮੋਦੀ ਸਰਕਾਰ ਦੀ ਇਹ ਸਾਰੀ ਚਾਲ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਭਾਰਤ ਦੇ ਵਿੱਚ ਰੇਲਾਂ ਦਾ ਕਿਰਾਇਆ 25% ਤੱਕ ਘਟ ਸਕਦਾ ਹੈ ਖਾਸ ਤੌਰ ਤੇ ਜੋ ਲਗਜ਼ਰੀ ਗੱਡੀਆਂ ਮੰਨੀਆਂ ਜਾਂਦੀਆਂ ਨੇ ਜਿਵੇਂ ਕਿ ਵੰਦੇ ਭਾਰਤ ਜੋ ਨਵੀਆਂ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਨੇ ਉਹਨਾਂ ਦੇ ਕਿਰਾਏ ਦੇ ਵਿੱਚ ਵੀ ਕਟੌਤੀ ਕੇਂਦਰ ਸਰਕਾਰ ਦੇ ਵੱਲੋਂ ਰੇਲਵੇ ਵਿਭਾਗ ਦੇ ਵੱਲੋਂ ਕੀਤੀ ਜਾ ਸਕਦੀ ਹੈ ਖਬਰ ਏਜੰਸੀ ਪੀਟੀਆਈ ਦੀ ਖਬਰ ਦੇ ਮੁਤਾਬਕ ਰੇਲਵੇ ਦੇ ਵੱਲੋਂ ਇਹ ਗੱਲ ੁਨਾਖੀ ਗਈ ਹੈ ਕਿ ਵੰਦੇ ਭਾਰਤ ਸਮੇਤ ਸਾਰੀਆਂ ਟ੍ਰੇਨਾਂ ਦੇ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਆ ਕਲਾਸ ਦੇ ਕਿਰਾਏ ਦੇ ਵਿੱਚ 25% ਕਟੌਤੀ ਦਾ ਐਲਾਨ ਕੀਤਾ ਜਾਂਦਾ ਹੈ। ਰੇਲਵੇ ਬੋਰਡ ਦੇ ਹੁਕਮਾਂ ਦੇ ਵਿੱਚ ਬੰਦੇ ਭਰ ਦਾ ਕਿਰਾਇਆ ਘਟਾਉਣ ਦੀ ਗੱਲ ਵੀ ਆਖੀ ਗਈ ਹੈ। ਹੁਕਮਾਂ ਦੇ ਵਿੱਚ ਰੇਲਵੇ ਦੇ ਉਹਨਾਂ ਜ਼ੋਨਾਂ ਨੂੰ ਵੀ ਟ੍ਰੇਨ ਦਾ ਘਟਾਇਆ ਕਰਾਉਣ ਲਈ ਕਹਿ ਦਿੱਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਪਿਛਲੇ 30 ਦਿਨਾਂ ਦੌਰਾਨ 50% ਤੋਂ ਘੱਟ ਸੀਟਾਂ ਭਰੀਆਂ ਗਈਆਂ ਸਨ, ਉਹਨਾਂ ਦਾ ਵੀ ਕਿਰਾਇਆ ਘਟਾਉਣ ਦੀ ਗੱਲ ਆਖ ਦਿੱਤੀ ਗਈ ਹੈ। ਇਸੇ ਸਿਲਸਿਲੇ 'ਚ ਰੇਲਵੇ ਨੇ ਕਿਰਾਇਆ ਘਟਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲੀ ਦੇ ਚ ਇਹ ਜਾਣਕਾਰੀ ਵੀ ਸਾਹਮਣੇ ਆਈ ਕਿ ਭਪਾਲ ਜੱਬਲਪੁਰ ਇੰਦੋਰ ਭਪਾਲ ਅਤੇ ਨਾਗਪੁਰ ਬिलासपुर ਬੰਦੇ ਭਾਰਤ ਟ੍ਰੇਨਾਂ ਦੇ ਟਿਕਟ ਕਰਾਏ ਦੀ ਸਮੀਖਿਆ ਕੀਤੀ ਜਾ ਰਹੀ ਹੈ ਟ੍ਰੇਨਾਂ 'ਚ ਜ਼ਿਆਦਾਤਰ ਸੀਟਾਂ ਖਾਲੀ ਚੱਲ ਰਹੀਆਂ ਨੇ ਮੰਨਿਆ ਇਹ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਰੇਲਵੇ ਦੇ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਕਿਰਾਇਆ ਲਗਾਤਾਰ ਵਧਦਾ ਜਾ ਰਿਹਾ ਸੀ ਅਤੇ ਟ੍ਰੇਨਾਂ ਦੀਆਂ ਜੋ ਸੀਟਾਂ ਨੇ ਉਹ ਖਾਲੀ ਰਹਿ ਰਹੀਆਂ ਸਨ ਜਿਸ ਕਰਕੇ ਹੁਣ ਰੇਲਵੇ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਕਿਰਾਇਆ ਘਟਾਈਏ ਤਾਂ ਜੋ ਸੀਟਾਂ ਨੂੰ ਭਰਿਆ ਜਾ ਸਕੇ ਤੇ ਜਿਹੜਾ ਸਾਰਾ ਬੈਲੈਂਸ ਹੈ ਉਸ ਨੂੰ ਮੇਨਟੇਨ ਕਰਕੇ ਰੱਖਿਆ ਜਾ ਸਕੇ ਕਿਉਂਕਿ ਜੇਕਰ ਸੀਟਾਂ ਨਹੀਂ ਭਰਨਗੀਆਂ ਤਾਂ ਕਿਰਾਇਆ ਬਜਟ ਵੀ ਪੈਸਾ ਵੀ ਰੇਲਵੇ ਵਿਭਾਗ ਦੇ ਕੋਲ ਨਹੀਂ ਆਵੇਗਾ ਉਸ ਦੇ ਨਾਲ ਉਲਟਾ ਸਗੋਂ ਨੁਕਸਾਨ ਰੇਲਵੇ ਵਿਭਾਗ ਨੂੰ ਹੋ ਸਕਦਾ ਹੈ ਉਧਰ ਦੂਜੇ ਪਾਸੇ ਕੁਝ ਸਿਆਸੀ ਲੋਕਾਂ ਦੇ ਵੱਲੋਂ ਇਸ ਨੂੰ ਸਿਆਸਤ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਸ ਨੂੰ ਮੁੱਖ ਰੱਖਦਿਆਂ ਵੀ ਰੇਲਾਂ ਦਾ ਕਿਰਾਇਆ ਘਟਾਉਣ ਦੀ ਗੱਲ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੋ ਸਕਦੀ ਹੈ ਅਗਲੀ ਖਬਰ ਦੇ ਵੱਲ ਵਾਧਦੇ ਆ ਪੰਜਾਬੀ ਕਲਾਕਾਰ ਅਦਾਕਾਰ ਦਿਲਜੀਤ ਦੁਸਾਂਝ ਦੇ ਵੱਲੋਂ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਰਹੇ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਇੱਕ ਫਿਲਮ ਬਣਾਈ ਗਈ ਹੈ ਅਤੇ ਉਸ ਫਿਲਮ ਨੂੰ ਲੈ ਕੇ ਲਗਾਤਾਰ ਅੜਚਨਾ ਪੈਦੀਆਂ ਦਿਖਾਈ ਦਿੰਦੀਆਂ ਨੇ ਪਹਿਲਾਂ ਖਬਰਾਂ ਆਈਆਂ ਸਨ ਕਿ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਨੂੰ ਕੋਈ ਵੀ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਭਾ ਫਿਲਮ ਪਾਸ ਨਹੀਂ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਫਿਲਮ ਮੇਕਰਾਂ ਦੇ ਵੱਲੋਂ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ ਉਹਨਾਂ ਦੇ ਵੱਲੋਂ ਅਦਾਲਤ ਦਾ ਰੁਖ ਕੀਤਾ ਗਿਆ ਸੀ ਉਸ ਤੋਂ ਬਾਅਦ ਖਬਰਾਂ ਆਈਆਂ ਕਿ ਸੈਂਸਰ ਬੋਰਡ ਨੇ ਇਹ ਸਰਟੀਫਿਕੇਟ ਇਸ ਫਿਲਮ ਨੂੰ ਦੇ ਦਿੱਤਾ ਹੈ ਅਤੇ ਕੀ ਵੱਡੇ ਵੱਡੇ ਕੱਟ ਵੀ ਸੁਝਾ ਦਿੱਤੇ ਨੇ ਪਾਵਾ 21 ਕੱਟ ਲਾਓ ਇਸ ਫਿਲਮ ਦੇ ਵਿੱਚ ਫਿਰ ਇਹ ਫਿਲਮ ਪਾਸ ਕੀਤੀ ਜਾਵੇਗੀ ਸੈਂਸਰ ਬੋਰਡ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਹੁਣ ਇਸ ਫਿਲਮ ਦੇ ਨਿਰਮਾਤਾਵਾਂ ਦੇ ਵੱਲੋਂ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ ਕਿ ਇਹ 21 ਕੱਟ ਬਹੁਤ ਵੱਡੇ ਹਨ ਸੈਂਸਰ ਬੋਰਡ ਨੂੰ ਇਨਾਂ ਸੀਨਾਂ ਤੇ ਜਿਹੜੇ ਕੱਟਣ ਦੀ ਗੱਲ ਆਖੀ ਗਈ ਹੈ ਸੈਂਸਰ ਬੋਰਡ ਦੇ ਵੱਲੋਂ ਉਹਨਾਂ ਸੀਨਾਂ ਤੇ ਇਤਰਾਜ਼ ਇਹ ਹੈ ਕਿ ਇਹ ਸੀਨ ਨੌਜਵਾਨਾਂ ਨੂੰ ਪ੍ਰੇਕਾ ਸਕਦੇ ਹਨ ਉਨ੍ਹਾਂ ਦੇ ਵਿੱਚ ਹਿੰਸਾ ਦੀ ਭੜਕਾਹਟ ਪੈਦਾ ਕਰ ਸਕਦੇ ਨੇ ਇਸ ਕਰਕੇ ਇਹ 21 ਸੀਨ ਇਸ ਦੇ ਵਿੱਚੋਂ ਫਿਲਮ ਦੇ ਵਿੱਚੋਂ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਵਾਲੀ ਫਿਲਮ ਦੇ ਵਿੱਚੋਂ 21 ਸੀਨ ਕੱਟ ਦਿਓ ਤਾਂ ਹੀ ਇਹ ਫਿਲਮ ਪਾਸ ਹੋਵੇਗੀ ਇਹ ਗੱਲ ਹੈ ਸੈਂਸਰ ਬੋਰਡ ਦੇ ਵੱਲੋਂ ਆਖੀ ਗਈ ਹੈ ਹੁਣ ਬੰਬੇ ਹਾਈ ਕੋਰਟ ਦਾ ਰੁਖ ਫਿਲਮ ਬਣਾਉਣ ਵਾਲਿਆਂ ਦੇ ਵੱਲੋਂ ਕੀਤਾ ਗਿਆ ਹੈ ਹਾਈ ਕੋਰਟ ਦੇ ਵਿੱਚ ਇਸ ਤੇ ਕੀ ਕੁਝ ਫੈਸਲਾ ਆਵੇਗਾ ਉਸ ਤੇ ਵੀ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਲੋਕਾਂ ਤੋਂ ਇੱਕ ਵਾਰ ਫਿਰ ਤੋਂ ਸੁਝਾਅ ਮੰਗੇ ਗਏ ਹਨ ਪੰਜਾਬ ਦੇ ਵਿੱਚ ਉਦਯੋਗਾਂ ਦੀ ਤਰੱਕੀ ਕਿਵੇਂ ਕਰਵਾਈ ਜਾਵੇ ਉਦਯੋਗਾਂ ਦਾ ਮਾਮਲਾ ਕੰਮਕਾਜ ਕਿਵੇਂ ਸੇਫ ਅਤੇ ਸੁਖਾਲਾ ਬਣਾਇਆ ਜਾਵੇ ਇਸ ਨੂੰ ਲੈ ਕੇ ਸੁਝਾਅ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਖਾਸ ਕਰ ਵਪਾਰੀਆਂ ਤੋਂ ਮੰਗੇ ਗਏ ਹਨ ਭਗਵੰਤ ਮਾਨ ਨੇ ਇੱਕ ਤਾਂ ਸਾਰੀਆਂ ਅਖਬਾਰਾਂ ਦੇ ਵਿੱਚ ਫੁੱਲ ਪੇਜ ਇਸ਼ਤਿਹਾਰ ਦਿੱਤੇ ਉਸ ਦੇ ਵਿੱਚ ਆਪਣਾ ਇੱਕ ਵਟਸਐਪ ਨੰਬਰ ਦਿੱਤਾ ਅਤੇ ਇੱਕ ਈਮੇਲ ਆਈਡੀ ਵੀ ਦਿੱਤੀ ਦੂਜਾ ਉਹਨਾਂ ਨੇ ਆਪਣੀ ਅਧਿਕਾਰਤ ਫੇਸਬੁੱਕ ਪੇਜ ਤੇ ਇੱਕ ਵੀਡੀਓ ਵੀ ਬਣਾ ਕੇ ਪਾਈ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਅਸੀਂ ਬਿਜਲੀ ਮੁਫਤ ਕਰਨ ਵੇਲੇ ਵੀ ਲੋਕਾਂ ਤੋਂ ਸੁਝਾਅ ਮੰਗੇ ਸਨ ਵੇਖ ਲਓ ਕਾਮਯਾਬ ਹੋ ਗਏ ਆ ਲੋਕਾਂ ਨੇ ਸਾਨੂੰ ਸੁਝਾਅ ਦਿੱਤੇ ਸਨ ਅਸੀਂ ਕਲੀਨਿਕ ਖੋਲਣ ਵੇਲੇ ਵੀ ਲੋਕਾਂ ਤੋਂ ਸੁਝਾਅ ਮੰਗੇ ਸਨ ਵੇਖ ਲਓ ਕਾਮਯਾਬ ਹੋ ਨੇਰਾ ਵਿੱਚ ਪਾਣੀ ਛੱਡਣ ਵੇਲੇ ਵੀ ਲੋਕਾਂ ਤੋਂ ਸੁਝਾਅ ਮੰਗੇ ਅਸੀਂ ਕਾਮਯਾਬ ਹੋਏ ਹੁਣ ਅਸੀਂ ਉਦਯੋਗਾਂ ਨੂੰ ਉੱਚਾ ਚੁੱਕਣਾ ਚਾਹੁੰਦੇ ਆ ਇਸ ਕਰਕੇ ਮੈਂ WhatsApp ਨੰਬਰ ਜਾਰੀ ਕਰ ਰਿਹਾ ਹਾਂ ਤੁਸੀਂ ਸਾਨੂੰ ਸੁਝਾਅ ਦੇਵੋ ਕਿ ਉਦਯੋਗਾਂ ਲਈ ਪੰਜਾਬ ਸਰਕਾਰ ਕੀ ਕੁਝ ਕਰ ਸਕਦੀ ਹੈ ਉਹਨਾਂ ਸੁਝਾਵਾਂ ਤੇ ਫਿਰ ਅਸੀਂ ਗੌਰ ਕਰਾਂਗੇ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਚਰਚਾ ਕਰਾਂਗੇ ਅਤੇ ਉਸੇ ਤਰੀਕੇ ਦੀਆਂ ਹੀ ਨੀਤੀਆਂ ਸਾਡੀ ਸਰਕਾਰ ਦੇ ਵੱਲੋਂ ਬਣਾਈਆਂ ਜਾਣਗੀਆਂ ਕਿਉਂਕਿ ਅਸੀਂ ਰੰਗਲਾ ਪੰਜਾਬ ਬਣਾ ਰਹੇ ਆ ਇਸ ਕਰਕੇ ਪੰਜਾਬੀਆਂ ਤੋਂ ਕਿ ਕਈ ਰੰਗਲਾ ਪੰਜਾਬ ਬਣਾਵਾਂਗੇ ਕਿ ਕਿਵੇਂ ਬਣਾਇਆ ਜਾਵੇ ਇਸੇ ਕਰਕੇ ਲਗਾਤਾਰ ਅਸੀਂ ਸੁਝਾਅ ਪਹਿਲਾਂ ਵੀ ਮੰਗੇ ਹਨ ਕਾਮਯਾਬ ਹੋਏ ਆ ਹੁਣ ਵੀ ਸੁਝਾਅ ਮੰਗ ਰਹੇ ਆ ਤੇ ਕਾਮਯਾਬ ਹੋਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀ ਵੀਡੀਓ ਦੇ ਵਿੱਚ ਇਹ ਸਭ ਗੱਲਾਂ ਆਖ ਦਿੱਤੀਆਂ ਗਈਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਗਿਆ ਡਾਕਟਰ ਗੁਰਪ੍ਰੀਤ ਵਾਂਡਰ ਨੂੰ ਉਹਨਾਂ ਨੇ ਅਹਿਮ ਅਹੁਦਾ ਦੇ ਦਿੱਤਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਬੋਰਡ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਬਣਾ ਦਿੱਤਾ ਗਿਆ ਹੈ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਗੁਰਪ੍ਰੀਤ ਸਿੰਘ ਵਾਂਡਰ ਉਹੀ ਨੇ ਜਿਨ੍ਹਾਂ ਨੂੰ ਕਿ ਪਿਛਲੇ ਸਾਲ ਬਾਬਾ ਫਰੀਦ ਯੂਨੀਵਰਸਿਟੀ ਦਾ ਵੀਸੀ ਲਾ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵੱਲੋਂ ਹੀ ਰਾਜਪਾਲ ਨੇ ਕਹਿ ਦਿੱਤਾ ਕਿ ਤੁਸੀਂ ਵੀਸੀ ਨਹੀਂ ਲਾ ਸਕਦੇ ਇਹ ਤਾਂ ਮੇਰਾ ਅਧਿਕਾਰ ਖੇਤਰ ਹੈ ਉਹਨਾਂ ਨੇ ਫਾਈਲ ਵਾਪਸ ਮੋੜ ਦਿੱਤੀ ਸੀ ਹੁਣ ਡਾਕਟਰ ਰਜੀਵ ਸੂਤ ਨੂੰ ਬਾਬਾ ਫਰੀਦ ਯੂਨੀਵਰਸਿਟੀ ਦਾ ਵੀਸੀ ਲਾ ਦਿੱਤਾ ਗਿਆ ਹੈ ਗਵਰਨਰ ਦੇ ਵੱਲੋਂ ਅਤੇ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਲਾ ਦਿੱਤਾ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਗੁਰਪ੍ਰੀਤ ਸਿੰਘ ਵਾਂਡਰ ਨੇ ਆਪਣਾ ਨਾਮ ਲਿਸਟ ਵਿੱਚ ਵੀਸੀ ਦੀ ਲਿਸਟ ਵਿੱਚ ਆਪਣਾ ਨਾਮ ਭੇਜਣ ਤੋਂ ਕਾਰ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਅਹੁਦਾ ਦੇ ਕੇ ਖੋਹ ਲਿਆ ਗਿਆ ਸੀ ਮੁੱਖ ਮੰਤਰੀ ਨੇ ਅਹੁਦਾ ਦਿੱਤਾ ਸੀ ਰਾਜਪਾਲ ਨੇ ਉਹਨਾਂ ਨੂੰ ਅਹੁਦੇ ਤੋਂ ਲਾ ਦਿੱਤਾ ਸੀ ਇਸ ਕਰਕੇ ਉਹਨਾਂ ਨੇ ਆਪਣੀ ਕਿਰਕਰੀ ਮਹਿਸੂਸ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਸੀ ਕਿ bc ਦੀ ਲਿਸਟ ਦੇ ਵਿੱਚ ਜੋ ਨਾਮ ਭੇਜਣੇ ਨੇ ਰਾਜਪਾਲ ਨੂੰ ਮੇਰਾ ਨਾਂ ਨਾ ਭੇਜੋ ਅਤੇ ਹੁਣ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਦੇ ਵੱਲੋਂ ਉਹਨਾਂ ਨੂੰ ਲਾ ਦਿੱਤਾ ਗਿਆ ਹੈ ਅੱਗੇ ਵਧਦੇ ਹਾਂ ਗੱਲ ਜੇਕਰ ਯੂਨੀਵਰਸਿਟੀ ਦੀ ਕਰ ਰਹੇ ਹਾਂ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਇੱਕ ਅਜਿਹਾ ਨੋਟਿਸ ਜਾਰੀ ਕੀਤਾ ਗਿਆ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਹੁਣ ਵਿਵਾਦ ਹੁੰਦਾ ਦਿਖਾਈ ਦਿੰਦਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਾਰੇ ਕਰਮਚਾਰੀਆਂ ਦੇ ਲਈ ਕਿ ਕੋਈ ਵੀ ਯੂਨੀਵਰਸਿਟੀ ਦੇ ਖਿਲਾਫ ਨਹੀਂ ਬੋਲੇਗਾ ਜਿਹੜਾ ਵੀ ਕੋਈ ਯੂਨੀਵਰਸਿਟੀ ਦੇ ਖਿਲਾਫ ਬੋਲੇਗਾ ਉਸ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਭਾਵੇਂ ਉਹ ਕੋਈ ਪ੍ਰੋਫੈਸਰ ਹੋਵੇ ਭਾਵੇਂ ਉਹ ਕੋਈ ਵੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਦਾ ਕੋਈ ਵੀ ਕਰਮਚਾਰੀ ਹੋਵੇ ਕਿਸੇ ਵੀ ਮਾਧਿਅਮ ਦੇ ذریعے ਜੇਕਰ ਯੂਨੀਵਰਸਿਟੀ ਦੇ ਖਿਲਾਫ ਕਿਸੇ ਨੇ ਕੁਝ ਵੀ ਬੋਲਿਆ ਤਾਂ ਉਸ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਯੂਨੀਵਰਸਿਟੀ ਦੇ ਵੱਲੋਂ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ ਹੁਣ ਇਸ ਨੂੰ ਲੈ ਕੇ ਵਿਵਾਦ ਇਹ ਹੋ ਗਿਆ ਹੈ ਕਿ ਫਿਰ ਯੂਨੀਵਰਸਿਟੀ ਪ੍ਰਸ਼ਾਸਨਤਾ ਇਹ ਕਹਿਣਾ ਚਾਹੁੰਦਾ ਹੈ ਕਿ ਸਾਡੇ ਖਿਲਾਫ ਕਦੇ ਵੀ ਕੁਝ ਵੀ ਨਹੀਂ ਬੋਲਣਾ ਨਾ ਮੀਡੀਆ ਦੇ ਵਿੱਚ ਜਾ ਕੇ ਨਾ ਹੀ ਸੋਸ਼ਲ ਮੀਡੀਆ ਤੇ ਨਾ ਹੀ ਉਂਝ ਬੋਲਣਾ ਹੈ ਬਸ ਉੱਪਰ ਰਹਿਣਾ ਹੈ ਅਸੀਂ ਜੋ ਵੀ ਕਰੀ ਜਾਈਏ ਤੁਸੀਂ ਆਵਾਜ਼ ਨਹੀਂ ਚੁੱਕਣੀ ਹੈ ਇਹੀ ਮਤਲਬ ਹੋਇਆ ਇਹ ਵਿਵਾਦ ਹੁਣ ਹੋਣ ਲੱਗ ਪਿਆ ਹੈ ਪਹਿਲਾਂ ਹੀ ਸਰਕਾਰ ਦੇ ਵੱਲੋਂ ਲਗਾਤਾਰ ਜਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਦੇ ਵੱਲੋਂ ਵੀ ਇੱਕ ਨੋਟਿਸ ਕੱਢਿਆ ਗਿਆ ਸੀ ਜਿਸ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਕਿ ਕੋਈ ਵੀ ਸਰਕਾਰੀ ਕਰਮਚਾਰੀ ਸਰਕਾਰ ਦੇ ਖਿਲਾਫ ਬੋਲੇਗਾ ਅਸੀਂ ਉਸ ਤੇ ਕਾਰਵਾਈ ਕਰਾਂਗੇ ਅਤੇ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਜੋ ਇਹ ਨੋਟਿਸ ਕੱਢਿਆ ਗਿਆ ਹੈ ਉਸ ਨੂੰ ਲੈ ਕੇ ਵੀ ਵਿਵਾਦ ਹੁੰਦਾ ਦਿਖਾਈ ਦਿੰਦਾ ਹੈ ਅੱਗੇ ਵਧਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਬੈਠਕ ਅੰਮ੍ਰਿਤਸਰ ਦੇ ਵਿੱਚ ਹੋਈ ਜਿਸ ਤੋਂ ਬਾਅਦ ਕਾਫੀ ਅਹਿਮ ਫੈਸਲੇ ਐਸਜੀਪੀਸੀ ਦੇ ਵੱਲੋਂ ਲਏ ਗਏ ਫੈਸਲਿਆਂ ਦੇ ਬਾਰੇ ਜਾਣਕਾਰੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਦੇ ਵੱਲੋਂ ਦਿੱਤੀ ਗਈ ਉਹਨਾਂ ਨੇ ਜਾਣਕਾਰ ਦਿੰਦਿਆਂ ਦੱਸਿਆ ਇਸ ਬੈਠਕ ਦੇ ਵਿੱਚ ਅਸੀਂ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਚਰਚਾ ਕੀਤੀ ਹੈ ਅਸੀਂ ਇਸ ਦੇ ਖਿਲਾਫ ਹਾਂ ਯੂਨੀਫਾਰਮ ਸਿਵਲ ਕੋਡ ਕਟਗਿਣਤੀਆਂ ਦੇ ਖਿਲਾਫ ਹੈ ਇਸ ਦੀ ਕੋਈ ਵੀ ਲੋੜ ਨਹੀਂ ਹੈ 14 ਜੁਲਾਈ ਤੱਕ ਕਮਿਸ਼ਨ ਦੇ ਵੱਲੋਂ ਜੋ ਸੁਝਾਅ ਮੰਗੇ ਗਏ ਨੇ ਉਹ ਸੁਝਾਅ ਤਿਆਰ ਕਰਨ ਦੇ ਲਈ ਐਸਜੀਪੀਸੀ ਦੇ ਵੱਲੋਂ ਸਿੱਖਾਂ ਦੇ ਵੱਲੋਂ ਅਸੀਂ ਇੱਕ ਕਮੇਟੀ ਸਬ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਸ ਦੇ ਵਿੱਚ ਅਸੀਂ ਵੱਡੇ ਵੱਡੇ ਜਿਹੜੇ ਸਿੱਖ ਮਾਹਿਰ ਹਨ ਸਿੱਖ ਬੁੱਧੀਜੀਵੀ ਹਨ ਉਹਨਾਂ ਨੂੰ ਅਸੀਂ ਸ਼ਾਮਲ ਕਰ ਲਿਆ ਹੈ ਕਮੇਟੀ ਗਠਿਤ ਕਰ ਦਿੱਤੀ ਹੈ ਗੁਰਦੁਆਰਾ ਸਾਹਿਬ ਦੇ ਲੰਗਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਦੇ ਵਿੱਚ ਜੋ ਬੇਨੀਮੀਆਂ ਹੋਈਆਂ ਸਨ ਉਸ ਦਾ ਇੱਕ ਕਪਲਾ ਸਾਹਮਣੇ ਆਇਆ ਸੀ ਜਿਸ ਨੂੰ ਕਿ 1 ਕਰੋੜ ਰੁਪਏ ਦੇ ਕਰੀਬ ਦਾ ਕਪਲਾ किया ਜਾ ਰਿਹਾ ਸੀ 51 ਮੁਲਾਜ਼ਮ ਅਸੀਮ ਉਤਲ ਕਰ ਦਿੱਤੇ ਨੇ ਅਤੇ ਉਸ ਨੂੰ ਲੈ ਕੇ ਵੀ ਪੰਜ ਪੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਜੋ ਕਿ ਡੂੰਘਾਈ ਦੇ ਨਾਲ ਇਸ ਮਸਲੇ ਦੀ ਜਾਂਚ ਕਰੇਗੀ ਅਤੇ ਜਿਹੜੇ ਹੋਰ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਤੇ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ ਜਗਦੀਸ਼ ਟਾਈਟਲਰ ਦੇ ਖਿਲਾਫ ਐਸਜੀਪੀਸੀ ਦੇ ਵੱਲੋਂ ਵੀ ਵਕੀਲ ਪੇਸ਼ ਕੀਤੇ ਜਾਣਗੇ ਦਿੱਲੀ ਕਮੇਟੀ ਦੇ ਦੋ ਵਕੀਲ ਜਗਦੀਸ਼ ਟਾਈਟਲਰ ਦੇ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਣਗੇ ਇਹ ਵੀ ਫੈਸਲਾ ਐਸਜੀਪੀਸੀ ਦੇ ਵੱਲੋਂ ਲਿਆ ਗਿਆ ਹੈ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜੋ ਸਬ ਕਮੇਟੀ ਪਹਿਲਾਂ ਹੀ ਐ ਜੀ ਪੀ ਸੀ ਦੇ ਵੱਲੋਂ ਬਣਾਈ ਗਈ ਹੈ ਉਸ ਨੂੰ ਲੈ ਕੇ ਵੀ ਧਾਮੀ ਨੇ ਜਾਣਕਾਰੀ ਦਿੱਤੀ ਕਿ ਉਹ ਕਮੇਟੀ ਲਗਾਤਾਰ ਕੰਮ ਕਰ ਰਹੀ ਹੈ ਕੁਝ ਕੁ ਦਿਨਾਂ ਦੇ ਵਿੱਚ ਹੀ ਆਖਰੀ ਫੈਸਲਾ ਉਸ ਕਮੇਟੀ ਦੇ ਵੱਲੋਂ ਸਿੱਖਾਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਜਾਵੇਗਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਆਖਰ ਕਿਵੇਂ ਕੀਤਾ ਜਾਵੇਗਾ ਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਸਾਰੀ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਆਂ ਅੰਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਤੇ ਕਬਜ਼ਾ ਕਰਨ ਦੇ ਇਲਜ਼ਾਮ ਅੱਜਕੱਲ ਲੱਗਦੇ ਹੀ ਰਹਿੰਦੇ ਨੇ ਹੁਣ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੂਜ ਤੇ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਨ ਦਾ ਇਲਜ਼ਾਮ ਲੱਗ ਗਿਆ ਏ ਕਾਂਗਰਸ ਦੇ ਪੁੱਲਾਥ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਨੌਜਵਾਨ ਰੂਬੀ ਗਿੱਲ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਹੜਾ ਨੌਜਵਾਨ ਦਾਵਾ ਕਰ ਰਿਹਾ ਹੈ ਕਿ ਜਲਾਲਾਬਾਦ ਦਾ ਜੋ ਬੱਸ ਅਡਾ ਹੈ ਉਸ ਦੇ ਵਿੱਚ 75 ਫੁੱਟ ਦੇ ਕਰੀਬ ਗੋਲਡੀ ਕੰਬੋਜ ਦੇ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਇਸ ਬਸ ਅੱਡੇ ਦੇ ਵਿੱਚ ਗੋਲਡੀ ਕੰਬੋਜ ਦੀ ਕੋਠੀ ਬਣੀ ਹੋਈ ਹੈ 75 ਫੁੱਟ ਦੇ ਵਿੱਚ ਭਾਵ ਜੋ ਕੋਠੀ ਹੈ ਐਮਐਲਏ ਦੀ ਉਹ ਬਸ ਅੱਡੇ ਦੇ ਵਿੱਚ 75 ਫੁੱਟ ਤੱਕ ਅੰਦਰ ਹੈ ਐਮਐਲਏ ਨੂੰ ਇਹ ਸਾਰਾ ਕਬਜ਼ਾ ਛੱਡਣਾ ਚਾਹੀਦਾ ਹੈ ਰੂਬੀ ਗਿਲ ਨਾਂ ਦਾ ਇਹ ਨੌਜਵਾਨ ਦਾਵਾ ਕਰਦਾ ਹੈ ਕਿ ਕਾਨੂੰਗੋ ਦੇ ਵੱਲੋਂ ਇਸ ਦੀ ਮੰਤੀ ਕਰ ਲਈ ਗਈ ਹੈ ਪੈਮੈਸ਼ ਕਰ ਲਈ ਗਈ ਹੈ ਅਤੇ ਇੱਕ ਪਾਸੇ ਉਹ 52 ਫੁੱਟ ਨਿਕਲੀ ਹੈ ਦੂਜੇ ਪਾਸੇ ਉਹ 25 ਫੁੱਟ ਬਸ ਅੱਡੇ ਦੇ ਅੰਦਰ ਨਿਕਲੀ ਹੈ ਐਮਐਲਏ ਦੀ ਕੋਠੀ ਐਮਐਲਏ ਨੂੰ ਆਪਣਾ ਇਹ ਛੱਡਣਾ ਚਾਹੀਦਾ ਹੈ ਕਬਜ਼ਾ ਨੌਜਵਾਨ ਮੰਗ ਕਰ ਰਿਹਾ ਹੈ ਇਹ ਵੀਡੀਓ ਜਾਰੀ ਕਰਕੇ ਖਹਿਰਾ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਵਿਜੀਲੈਂਸ ਦੀ ਜਾਂਚ ਹੋਣੀ ਚਾਹੀਦੀ ਹੈ ਜੇਕਰ ਸਰਕਾਰੀ ਬਸ ਅੱਡੇ ਤੇ ਕਬਜ਼ਾ ਕੀਤਾ ਗਿਆ ਹੈ ਆਪ ਐਮਐਲਏ ਦੇ ਵੱਲੋਂ ਉਸ ਆਪ ਐਮਐਲਏ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਮੰਗ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕਰ ਦਿੱਤੀ ਗਈ ਹੈ ਅੱਗੇ ਵਧਦੇ ਹਾਂ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਨਿਊ ਜਨਕਪੁਰੀ ਦੇ ਵਿੱਚ ਤੀਹਰਾ ਕਤਲकांड ਹੋ ਗਿਆ ਸੀ ਇੱਕੋ ਘਰ ਦੇ ਪਰਿਵਾਰ ਦੇ ਹੀ ਤਿੰਨ ਮੈਂਬਰਾਂ ਦਾ ਕਤਲ ਹੋ ਗਿਆ ਸੀ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਦੇ ਵੱਲੋਂ ਅਗਲੇ ਹੀ ਦਿਨ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ 12 ਘੰਟਿਆਂ ਦੇ ਵਿੱਚ ਵਿੱਚ ਇਹ ਤੀਹਰਾ ਕਤਲकांड ਸੁਲਝਾ ਦਿੱਤਾ ਹੈ ਕਮਿਸ਼ਨਰ ਨੇ ਦਾਵਾ ਕੀਤਾ ਇਹ ਕਤਲ ਗਵਾਂਡੀ ਨੇ ਕੀਤੇ ਨੇ ਨਾਲ ਹੀ ਬਿਲਕੁਲ ਰਹਿੰਦਾ ਹੈ ਗਵਾਂਡੀ ਉਸਦਾ ਨਾਮ ਰੋਬਿਨ ਹੈ ਉਸ ਦੇ ਵੱਲੋਂ ਇਹ ਕਤਲ ਆ ਇਸ ਲਈ ਕੀਤੇ ਗਏ ਕਿਉਂਕਿ ਉਸ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਸਨ ਉਸ ਦੇ ਘਰ ਕੋਈ ਨਿਆਣਾ ਨਹੀਂ ਸੀ ਕੋਈ ਔਲਾਦ ਨਹੀਂ ਸੀ ਅਤੇ ਜਿਨ੍ਹਾਂ ਦਾ ਕਤਲ ਹੋਇਆ ਏ ਉਹਨਾਂ ਦੇ ਪਰਿਵਾਰਕ ਮੈਂਬਰ ਲਗਾਤਾਰ ਉਸ ਨੂੰ ਪੁੱਛਦੇ ਰਹਿੰਦੇ ਸਨ ਕਿ ਤੇਰੇ ਘਰ ਕੋਈ ਬੱਚਾ ਕਿਉਂ ਨਹੀਂ ਹੁੰਦਾ ਜਿਸ ਤੋਂ ਬਾਅਦ ਅੱਕ ਕੇ ਉਸ ਨੇ ਤਿੰਨਾ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ ਹਥੌੜੀ ਦੇ ਨਾਲ ਬਾਹਰ ਕਰਕੇ ਤਿੰਨਾ ਮੈਂਬਰਾਂ ਨੂੰ ਉਸ ਨੇ ਮਾਰ ਦਿੱਤਾ ਘਰ ਦੇ ਅੰਦਰ ਐਂਟਰ ਕਰਕੇ ਪੁਲਿਸ ਦੇ ਵੱਲੋਂ ਇਹ ਦਾਅਵੇ ਇਸ ਮੌਕੇ ਕੀਤੇ ਗਏ ਉਹਨਾਂ ਨੇ ਆਖਿਆ ਵੇਖ ਲਓ ਇੰਨੀ ਛੇਤੀ ਅਸੀਂ ਇਸ ਮਸਲੇ ਨੂੰ ਸੁਲਝਾ ਲਿਆ ਏ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਹਨ ਰਵਨੀਤ ਬਿੱਟੂ ਉਹਨਾਂ ਨੂੰ ਇਹ ਗੱਲ ਪੂਰੀ ਸੱਚ ਨਹੀਂ ਜਾਪਦੀ ਹੈ ਬਿੱਟੂ ਕਹਿੰਦੇ ਨੇ ਇੱਕ ਛੋਟਾ ਜਿਹਾ ਬੰਦਾ ਏ ਰੋਬਿਨ ਕਦ ਕਾਠ ਤੋਂ ਵੀ ਛੋਟਾ ਜਿਹਾ ਬੰਦਾ ਏ ਇਹਨਾਂ ਬੰਦਿਆਂ ਨੂੰ ਉਹ ਇਕੱਲਾ ਨਹੀਂ ਮਾਰ ਸਕਦਾ ਜਦ ਕਿ ਉਹ ਲਾਸ਼ਾਂ ਤਾਂ ਵਿੰਨੀਆਂ ਪਈਆਂ ਸਨ ਪੇਚਕੱਸ ਵੀ ਕੋਲ ਪਿਆ ਸੀ ਥੋੜੀਆਂ ਵੀ ਕੋਲ ਪਈਆਂ ਸਨ ਉਸ ਦੇ ਨਾਲ ਲਾਸ਼ਾਂ ਵਿੰਨੀਆਂ ਪਈਆਂ ਸਨ ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਇਹ ਜ਼ਿਆਦਾ ਬੰਦੇ ਹੋਣਗੇ ਪੁਲਿਸ ਨੇ ਕਾਲੀ ਕਰ ਦਿੱਤੀ ਹੈ ਜਰਾ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਸੀ ਵੇਖੋ ਪੰਜਾਬ ਦੇ ਵਿੱਚ ਮਾਹੌਲ ਕੀ ਬਣੀ ਜਾਂਦਾ ਹੈ ਕੋਈ ਕਿਸੇ ਨੂੰ ਪੁੱਛਦਾ ਨਹੀਂ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਏ ਤੇ ਲਈ ਤਾਂ ਪੁਲਿਸ ਦੀ ਨਫਰੀ ਬਹੁਤ ਹੈ ਸਰਕਾਰ ਦੇ ਕੋਲ ਉਹਨਾਂ ਨੂੰ ਵੱਡੀ-ਵੱਡੀ ਗਿਣਤੀ ਦੇ ਵਿੱਚ ਪੁਲਿਸ ਦਿੱਤੀ ਹੋਈ ਹੈ ਪਰ ਆਮ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਕੋਲ ਨਫਰੀ ਨਹੀਂ ਹੈ ਇਸ ਤਰੀਕੇ ਨਾਲ ਰੱਜ ਕੇ ਪੜਾਸ ਕੱਢਦੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦਿਖਾਈ ਦਿੱਤੇ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ ਇੱਕੋ ਦਿਨ ਦੇ ਵਿੱਚ ਤਿੰਨ ਓਵਰਡੋਜ਼ ਦੇ ਨਾਲ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਰੇਲਵੇ ਸਟੇਸ਼ਨ ਦੇ ਕੋਲ ਪੈਂਦੇ ਇੱਕ ਹੋਟਲ ਦੇ ਵਿੱਚ ਦੋ ਨੌਜਵਾਨ ਠਹਿਰੇ ਸਨ ਹੋਟਲ ਦੇ ਮਾਲਕ ਨੇ ਜਾਣ ਕਰ ਦਿੱਤੀ ਕਿ ਉਹਨਾਂ ਨੌਜਵਾਨਾਂ ਨੇ ਆਖਿਆ ਸੀ ਅਸੀਂ ਰਾਤ ਕੱਟਣੀ ਹੈ ਅਗਲੇ ਦਿਨ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਚਲੇ ਜਾਣਾ ਹੈ ਪਰ ਅਗਲੀ ਸਵੇਰ ਇੱਕ ਨੌਜਵਾਨ ਦੀ ਮੌਤ ਹੋਈ ਪਈ ਸੀ ਅਤੇ ਦੂਜਾ ਉੱਥੇ ਮੌਜੂਦ ਹੈ ਨਹੀਂ ਸੀ ਉਸ ਨੌਜਵਾਨ ਦੇ ਹੱਥ ਦੇ ਵਿੱਚ ਨਸ਼ੇ ਦਾ ਟੀਕਾ ਸੀ ਜਿਸ ਤੋਂ ਬਾਅਦ ਮੰਨਿਆ ਗਿਆ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਦੂਜੀ ਓਵਰਡੋਜ਼ ਨਾਲ ਮੌਤ ਦੀ ਖਬਰ ਸਾਹਮਣੇ ਆਈ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਪਿੰਡ ਮਿੱਡਾ ਤੋਂ ਜਿੱਥੇ ਇੱਕ ਨੌਜਵਾਨ ਦੀ ਲਾਸ਼ ਪਈ ਸੀ ਉਹਦੇ ਕੋਲ ਹੀ ਹੱਥ ਦੇ ਬਿਲਕੁਲ ਕੋਲ ਹੀ ਨਸ਼ੇ ਦਾ ਟੀਕਾ ਵੀ ਪਿਆ ਹੋਇਆ ਸੀ ਨਜ਼ਦੀਕੀ ਪਿੰਡ ਆਲਮਵਾਲਾ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਅਜਿਹੀਆਂ ਵੀਡੀਓਜ਼ ਹੁਣ ਲਗਾਤਾਰ ਸਾਹਮਣੇ ਆਉਂਦੀਆਂ ਦਿਖਾਈ ਦਿੰਦੀਆਂ ਨੇ ਤੀਜੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਇੱਕੋ ਦਿਨ ਦੇ ਵਿੱਚ ਹੀ ਜਿਸ ਦੇ ਵਿੱਚ ਲੋਕ ਜਿਹੜੇ ਵੀਡੀਓ ਬਣਾ ਰਹੇ ਨੇ ਉਹ ਦਾਵਾ ਕਰ ਰਹੇ ਨੇ ਕਿ ਇਹ ਮੋਟਰਸਾਈਕਲ ਤੇ ਪਿਆ ਨੌਜਵਾਨ ਮਰ ਚੁੱਕਾ ਹੈ ਇਸ ਦੇ ਹੱਥ ਦੇ ਵਿੱਚ ਨਸ਼ੇ ਦਾ ਟੀਕਾ ਹੈ ਅਸੀਂ ਇਸ ਨੂੰ ਜਾਣਦੇ ਨਹੀਂ ਤਪਾ ਰੋੜ ਦੇ ਨਜ਼ਦੀਕ ਖੇਤਾਂ ਦੇ ਵਿੱਚ ਇੱਕ ਪਹੇਤੇ ਇਹ ਨੌਜਵਾਨ ਪਿਆ ਹੈ ਨਾਲ ਹੀ ਇਸ ਦਾ ਮੋਟਰਸਾਈਕਲ ਹੈ ਜੋ ਕੋਈ ਵੀ ਇਸ ਨੂੰ ਜਾਣਦਾ ਪਛਾਣਦਾ ਹੋਵੇ ਜਾਂ ਫਿਰ ਮੋਟਰਸਾਈਕਲ ਦਾ ਕਿਸ ਨੂੰ ਪਤਾ ਹੋਵੇ ਤਾਂ ਦੱਸੋ ਪਰ ਨਸ਼ੇ ਦੇ ਨਾਲ ਓਵਰਡੋਜ਼ ਦੇ ਨਾਲ ਇਹ ਵੀ ਮੌਤ ਹੋ ਚੁੱਕੀ ਹੈ ਵੀਡੀਓ ਬਣਾਉਣ ਵਾਲਿਆਂ ਦੇ ਵੱਲੋਂ ਇਹ ਦਾਅਵਾ ਇਸ ਵੀਡੀਓ ਦੇ ਵਿੱਚ ਬੋਲ ਕੇ ਕੀਤਾ ਜਾ ਰਿਹਾ ਹੈ ਅੱਜੀਆਂ ਸ਼ਰਮਨਾਕ ਵੀਡੀਓਜ਼ ਪੰਜਾਬ ਦੇ ਕੋਨੇ-ਕੋਨੇ ਤੋਂ ਸਾਹਮਣੇ ਆਉਂਦੀਆਂ ਦਖਾਈ ਦਿੰਦਿਆਂ ਨੇ ਅੱਗੇ ਵਾਦੇ ਆ ਨਸ਼ੇ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ ਪੰਜਾਬ ਪੁਲਿਸ ਦੀ ਹੁਣ ਤੁਹਾਨੂੰ ਪੰਜਾਬ ਪੁਲਿਸ ਬਾਰੇ ਦੱਸ ਦਿੰਨੇ ਆ ਵੀਡੀਓ ਇੱਕ ਹੋਰ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਪਰ ਇਹ ਕਿਸੇ ਆਮ ਨੌਜਵਾਨ ਦੀ ਨਹੀਂ ਇਹ ਇੱਕ ਪੁਲਿਸ ਮੁਲਾਜ਼ਮ ਦੀ ਚਿੱਟਾ ਪੀਂਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਅਤੇ ਇਹ ਜਿਹੜਾ ਪੁਲਿਸ ਮੁਲਾਜ਼ਮ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਮੱਖੂ ਦਾ ਇੱਕ ਕਰਮਚਾਰੀ ਦੱਸਿਆ ਜਾ ਰਿਹਾ ਹੈ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਤੇ ਕਾਰਵਾਈ ਕੀਤੀ ਗਈ ਹੈ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਲਾਈਨ ਹਾਜ਼ਰ ਵੀ ਕੀਤਾ ਗਿਆ ਹੈ ਅਤੇ ਵਿਭਾਗੀ ਜਾਂਚ ਵੀ ਬਿਠਾ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਵੀਡੀਓ ਦੀ ਵੀ ਜਾਂਚ ਕਰਾਂਗੇ ਕਿ ਹੁਣ ਦੀ ਹੈ ਕਿ ਪੁਰਾਣੀ ਹੈ ਇਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਵੀ ਭਰਤੀ ਕਰਵਾਵਾਂਗੇ ਪੁਲਿਸ ਦੇ ਵੱਲੋਂ ਇਹ ਸਾਰੀਆਂ ਗੱਲਾਂ ਇਸ ਮੌਕੇ ਆਖੀਆਂ ਜਾ ਰਹੀਆਂ ਨੇ ਅਗੇ ਵਧਦੇ ਆ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਵੱਡੀ ਮਾਤਰਾ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਕਰਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਵੀ ਬਣਦੇ ਦਿਖਾਈ ਦਿੰਦੇ ਨੇ ਜੇਕਰ ਤੁਸੀਂ ਬਠਿੰਡੇ ਦੇ ਹਾਲਾਤ ਵੇਖੋ ਤਾਂ ਵੇਖਿਆ ਜਾ ਸਕਦਾ ਹੈ ਕਿ ਲੱਖ ਲੱਖ ਤੱਕ ਪਾਣੀ ਸੜਕਾਂ ਤੇ ਬਾਜ਼ਾਰਾਂ ਦੇ ਵਿੱਚ ਖੜਾ ਹੈ ਲੋਕਾਂ ਦੀਆਂ ਗੱਡੀਆਂ ਮੋਟਰਸਾਈਕਲ ਪਾਣੀ ਦੇ ਕਰਕੇ ਬੰਦ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਉਧਰ ਕਈ ਥਾਵਾਂ ਤੇ ਖੇਤਾਂ ਦੇ ਵਿੱਚ ਜਿਹੜਾ ਹੁਣੇ-ਹੁਣੇ ਝੋਨਾ ਲਾਇਆ ਸੀ ਉਹ ਝੋਨਾ ਵੀ ਡੁੱਬ ਗਿਆ ਹੈ ਕਿਸਾਨਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਇੱਕ ਪਾਸੇ ਗਰਮੀ ਤੋਂ ਰਾਹਤ ਮਿਲੀ ਹੈ ਦੂਜੇ ਪਾਸੇ ਲੋਕਾਂ ਦਾ ਨੁਕਸਾਨ ਵੀ ਲਗਾਤਾਰ ਹੁਣ ਜ਼ਿਆਦਾ ਮੀਂਹ ਪੈਣ ਕਰਕੇ ਹੋ ਰਿਹਾ ਹੈ ਪਰ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 9 ਅਤੇ 10 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਅਤੇ ਮੌਸਮ ਵਿਭਾਗ ਨੇ ਇਸ ਸੰਬੰਧੀ ਅਲਰਟ ਵੀ ਜਾਰੀ ਕਰ ਦਿੱਤਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਇਹ ਵੀ ਆਖਿਆ ਕਿ 10 ਜੁਲਾਈ ਤੱਕ ਭਾਰੀ ਮੀਂਹ ਪੰਜਾਬ ਦੇ ਵਿੱਚ ਪਵੇਗਾ ਪਰ 11 ਜੁਲਾਈ ਤੋਂ ਬਾਅਦ ਸੂਬੇ ਦੇ ਵਿੱਚ ਮੌਸਮ ਸਾਫ਼ ਹੋ ਸਕਦਾ ਹੈ ਇਸ ਸਣ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲ ਅਗਲੀ ਵਾਰ ਫੇਰ ਆਜਰੂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ